ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੈਰੀਅਰ ਐਂਡ ਇਨਫੋ ਤੇ ਤੇ ਅੱਜ ਦੇ ਦਿਨ ਵਰਤ ਤੇ ਐਫਸੀ ਵਾਚਮਨ ਦੇ ਪੇਪਰ ਲਈ ਕੰਪਿਊਟਰ ਦੇ ਬਹੁਤ ਹੀ ਮਹੱਤਵਪੂਰਨ ਕੁਝ ਲੈ ਕੇ حاضر ਹਾਂ ਜੀ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਬਣੇ ਰਹੋ ਅਤੇ ਜੇਕਰ ਤੁਸੀਂ ਤੁਹਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕਰ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਸੋ ਬਾਦਿਆਂ ਜੀ ਪਹਿਲੇ ਕੁਸ਼ਨ ਵੱਲ ਪਹਿਲਾ ਕੁਸ਼ਨ ਹੈ ਜੀ ਇਹਨਾਂ ਵਿੱਚੋਂ ਕਿਹੜਾ ਇੱਕ ਇੰਟਰਨੈਟ ਨਾਲ ਸੰਬੰਧਿਤ ਸ਼ਬਦ ਨਹੀਂ ਹੈ ਆਪਸ਼ਨ ਹੈ ਜੀ ਬ੍ਰਾਊਜ਼ਰ ਲਿੰਕ ਪ੍ਰਿੰਟਰ ਜਾਂ ਖੋਜ ਇੰਜਣ ਦੱਸੋ ਹੀ ਸਹੀ ਤਰ ਤਹਾਇ ਤਰ੍ਹਾਂ ਦੇ ਪ੍ਰਿੰਟਰ ਹਾਂਜੀ ਬਿਲਕੁਲ ਸਹੀ ਤਰ੍ਹਾਂ ਇਹਨਾਂ ਵਿੱਚੋਂ ਕਿਹੜਾ ਇੰਟਰਨੈਟ ਨਾਲ ਸੰਬੰਧਿਤ ਨਹੀਂ ਹੈ ਤੁਹਾਡਾ ਤਰ੍ਹਾਂ ਦਾ ਪ੍ਰਿੰਟਰ ਕਿਉਂਕਿ ਬ੍ਰਾਊਜ਼ਰ ਬ੍ਰਾਊਜ਼ਰ ਜੋ ਹੈ ਉਹ ਵੀ ਇੱਕ ਇੰਟਰਨੈਟ ਨਾਲ ਸੰਬੰਧਿਤ ਹੈ ਜਿੱਦਾਂ ਕਿ ਕ੍ਰੋਮ ਕ੍ਰੋਮ ਹੁੰਦਾ ਹੈ ਯੂਸੀ ਬ੍ਰਾਊਜ਼ਰ ਉਪਰੇਮਿਨੀ ਠੀਕ ਹੈ ਤੁਹਾਨੂੰ ਪਤਾ ਹੀ ਹੋਵੇਗਾ ਜੋ ਬ੍ਰਾਊਜ਼ਰ ਹੁੰਦੇ ਆ ਉਸ ਤੋਂ ਬਾਅਦ ਲਿੰਕ ਜਿੱਦਾਂ ਕਿਸੇ ਚੀਜ਼ ਦਾ ਲਿੰਕ ਜਾਂ ਵੀਡੀਓ ਦਾ ਲਿੰਕ ਹੁੰਦਾ ਜਾਂ ਕਿਸੇ ਵੀ ਚੈਨਲ ਦਾ ਲਿੰਕ ਹੁੰਦਾ ਠੀਕ ਹੈ ਉਹ ਵੀ ਤੁਸੀਂ ਜਾਣਦੇ ਹੋਗੇ ਉਸ ਤੋਂ ਬਾਅਦ ਖੋਜ ਜਿਹਨੂੰ ਆਪਾਂ ਸਰਚਿੰਗ ਵੀ ਕਹਿੰਦੇ ਆ ਠੀਕ ਹੈ ਜਿੱਦਾਂ ਕਿ ਗੂਗਲ ਯਾਹੋਂ ਠੀਕ ਹੈ ਜੀ ਸੋ ਇਹ ਨੇ ਸਰਚ ਇੰਜਨ ਠੀਕ ਹੈ ਜੀ ਸੋ ਇਹਨਾਂ ਵਿੱਚ ਜੋ ਪ੍ਰਿੰਟਰ ਹੈ ਇਹ ਕਿਸ ਕੰਮ ਹੁੰਦਾ ਹੈ ਇਹ ਆਪਾਂ ਨੂੰ ਫੋਟੋ ਸਟੇਟ ਵਗੈਰਾ ਜਿੱਦਾਂ ਆਪਾਂ ਆਮ ਜਾਣ ਕਰਕੇ ਦਸੀਏ ਤਾਂ ਪ੍ਰਿੰਟਰ ਫੋਟੋ ਸਟੇਟ ਦੇ ਕੰਮ ਹੁੰਦਾ ਹੈ ਠੀਕ ਹੈ ਜੀ ਸੋ ਇਸ ਨੂੰ ਇਸ ਕਰਕੇ ਇਹਦਾ ਜੋ ਸਿੱਧਾ ਹੀ ਉਤਰ ਸੀਗਾ ਉਸੇ ਗਏ ਪ੍ਰਿੰਟਰ ਠੀਕ ਹੈ ਸੋ ਵਾਧੇ ਹੈ ਜੀ ਅਗਲੇ ਕੋਸ਼ਟਮਾ ਅਗਲਾ ਆਪਸ਼ਨ ਹੈ ਜੀ ਹੇਠਾਂ ਦਿੱਤੇ ਵਿੱਚੋਂ ਕਿਹੜਾ ਸਟੋਰੇਜ ਮਾਧਿਅਮ ਨਹੀਂ ਹੈ ਆਪਨੇ ਜੀ ਹਾਰਡ ਡਿਸਕ ਫਲੈਸ਼ ਡਰਾਈਵਰ DVD ਜਾਂ ਕੀਬੋਰਡ ਦੱਸੋ ਹੀ ਸਹੀਤਰ ਕਿਹ ਹੈ ਗੈਸ ਦਾ ਆਪਨ ਜੜ ਹਮਨੇ ਜੀ ਤਾਂ ਇਹਤਰ ਜੀ ਕੀਬੋਰਡ ਹਾਂਜੀ ਬਿਲਕੁਲ ਸਹੀਤਰ ਹੈ ਇਹ ਦਸਹੀਤਰ ਕਿਉਂ ਹੈ ਕੀਬੋਰਡ ਕਿਉਂਕਿ ਹਾਰਡ ਡਿਸਕ ਵਿੱਚ ਵੀ ਆਪਾਂ ਸਟੋਰੇਜ ਸਟੋਰ ਕਰ ਸਕਦੇ ਹਾਂ ਫਲੈਸ਼ ਡਰਾਈਵ ਵਿੱਚ ਵੀ ਅਤੇ DVD ਵਿੱਚ ਵੀ ਠੀਕ ਹੈ ਕੀਬੋਰਡ ਵਿੱਚ ਆਪਾਂ ਕੋਈ ਵੀ ਸਟੋਰੇਜ ਆਪਦੀ ਜੋ ਹੈ ਸਟੋਰ ਨਹੀਂ ਕਰ ਸਕਦੇ ਇਸ ਕਰਕੇ ਹੀ ਇਸ ਦਾ ਉੱਤਰ ਕੀਬੋਰਡ ਹੋਇਆ ਹੈ ਠੀਕ ਹੈ ਜੀ ਸੋ ਵੱਧਦੇ ਹਾਂ ਜੀ ਅਗਲਾ ਕੁਸਚਨ ਆਗਲਾਸ਼ਨ ਹੈ ਜੀ ਸੌਫਟਵੇਅਰ ਦਾ ਕੀ ਯਤ ਹੈ ਆਪਨੇ ਜੀ ਫਲਾਪੀ ਡਿਸਕ ਕੰਪਿਊਟਰ ਪ੍ਰੋਗਰਾਮ ਮਨੁੱਖੀ ਦਿਮਾਗ ਜਾਂ ਬ੍ਰੂਖਤ ਵਿੱਚੋਂ ਕੋਈ ਵੀ ਨਹੀਂ ਦੱਸੋ ਇਸ ਇਤਿਹਾਰਕ ਹੈ ਗੈਸ ਦਾ ਆਪਨੜ ਹਮਨੇ ਜੀ ਤਾਂ ਇਤਰਾ ਜੀ ਕੰਪਿਊਟਰ ਪ੍ਰੋਗਰਾਮ ਹਾਂਜੀ ਬਿਲਕੁਲ ਇਤਰਾ ਸੌਫਟਵੇਅਰ ਕੀ ਹੈ ਚੜਾਓ ਜਿਹੜਾ ਇੱਕ ਕੰਪਿਊਟਰ ਪ੍ਰੋਗਰਾਮ ਹੈ ਠੀਕ ਹੈ ਜੀ ਸੋ ਜਰੂਰ ਯਾਦ ਰੱਖਿਓ ਵਧਦੇ ਆ ਜੀ ਅਲੋਗਸਟਮਰ ਅਤੇ ਜਿਨ੍ਹਾਂ ਨੇ ਵੀ ਹਾਲੇ ਚੈਨਲ ਤੇ ਰੀਜ਼ਨਿੰਗ ਜਿਹੜਾਦਰ ਪਤਾ ਕਿ ਜੋ ਦੇਖਦੇ ਹਨ ਰੋਜ਼ ਦੀ ਕਲਾਸ ਰੀਜ਼ਨਿੰਗ ਕਰਾਤੀ ਹੈ ਠੀਕ ਹੈ ਜੀ ਕੇ ਕੰਪਲੀਟ ਕਰਵਾਈ ਜਾ ਰਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੋਗਟਸ ਵੀ ਪ੍ਰੋਵਾਈਡ ਕਰਵਾਉਂਦੇ ਆ ਨਾ ਟੈਸਟ ਸੀਰੀਜ਼ ਵੀ ਠੀਕ ਹੈ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਦੇਖਿਆ ਉਹ ਜ਼ਰੂਰ ਜਾ ਕੇ ਦੇਖਣਾ ਕਿਉਂਕਿ ਪਲੇਲ ਸੇ ਤਿਆਰ ਕਰ ਦਿੱਤੀ ਗਈ ਹੈ ਠੀਕ ਹੈ ਜੀ ਸਵਾਦਿਆ ਜੀ ਅਗਲਾ ਕਸਟਮਰ ਹਾਂ ਦੀਰਸ਼ਨ ਜੀ ਇੱਕ ਨਿਬਲ ਕਿੰਨੇ ਬਿਟਾਂ ਦੇ ਬਰਾਬਰ ਹੁੰਦਾ ਹੈ ਆਪਸ਼ਨ ਹੈ ਜੀ 16 ਬਿਟਾਂ ਦੇ 32 ਬਿਟਾਂ ਦੇ 4 ਬਿਟਾਂ ਦੇ ਜਾਂ 8 ਬਿਟਾਂ ਦੇ ਦੱਸੋ ਇਹ ਸਹੀ ਤਰੀਕਾ ਹੈ ਗੈਸ ਦਾ ਆਪਨ ਜੜਾ ਤੁਮਨੇ ਜੀ ਤਾਂ ਇਹ ਤਰੇ ਜੀ 4 ਬਿਟਾਂ ਦੇ ਬਰਾਬਰ ਹੁੰਦਾ ਹੈ ਠੀਕ ਹੈ ਜੀ ਇੱਕ ਜੋ ਨਿਬਲ ਹੁੰਦਾ ਹੈ ਨੇਬਲ ਠੀਕ ਹੈ ਉਹ ਹੁੰਦਾ ਜੀ 4 ਬਿੱਟਾਂ ਦੇ ਬਰਾਬਰ ਠੀਕ ਹੈ ਜੀ ਪਹਿਲਾ ਨੇਬਲ ਹੁੰਦਾ ਹੈ ਫਿਰ ਬਿਟਸ ਫਿਰ KBBS ਤੁਸੀਂ ਦੇਖਿਆ ਹੋਊਗਾ ਠੀਕ ਹੈ ਫਿਰ MBBS ਠੀਕ ਹੈ ਜੀ ਸੋ ਇਹ ਸੀਗੀ ਛੋਟੀ ਜਾਣਕਾਰੀ ਠੀਕ ਹੈ ਸੋ ਜ਼ਰੂਰ ਯਾਦ ਰੱਖਿਓ ਵਧਦੇ ਆ ਜੀ ਅਗਲਾ ਸਵਾਲ ਹਾਂਜੀ ਅਗਲਾ ਸਵਾਲ ਜੀ ਇਹਨਾਂ ਵਿੱਚੋਂ ਸਭ ਤੋਂ ਤੇਜ਼ ਸਭ ਤੋਂ ਵੱਡਾ ਅਤੇ ਸਭ ਤੋਂ ਮਹਿੰਗਾ ਕੰਪਿਊਟਰ ਕਿਹੜਾ ਹੈ ਆਪਨੇ ਜੀ ਨੋਟਬੁੱਕ ਪਰਸਨਲ ਕੰਪਿਊਟਰ ਲੈਪਟਾਪ ਜਾਂ ਸੁਪਰ ਕੰਪਿਊਟਰ ਦੱਸੋ ਇਹ ਸਹੀ ਤਰ੍ਹਾਂ ਕਿਹਾ ਹੈ ਗੱਲ ਦਾ ਓਪਨ ਜਿਹੜਾ हमने ਜੀ ਤਾਂ ਇਹ ਤੇਰਾ ਜੀ ਸੁਪਰ ਕੰਪਿਊਟਰ ਹਾਂਜੀ ਬਿਲਕੁਲ ਸਹੀ ਤਰ੍ਹਾਂ ਇਹਨਾਂ ਵਿੱਚੋਂ ਸਭ ਤੋਂ ਤੇਜ਼ ਸਭ ਤੋਂ ਵੱਡਾ ਸਭ ਤੋਂ ਮਹਿੰਗਾ ਜੋ ਕੰਪਿਊਟਰ ਹੈ ਉਹ ਹੈ ਜੀ ਸੁਪਰ ਕੰਪਿਊਟਰ ਠੀਕ ਹੈ ਜੀ ਸਪੀਡ ਦਾ ਮਾਮਲਾ ਹੋਵੇ ਚਾਏ ਠੀਕ ਹੈ ਚਾਏ ਵੱਡੇ ਦਾ ਮਾਮਲਾ ਹੋਵੇ ਚਾਏ ਮਹਿੰਗੇ ਦਾ ਮਾਮਲਾ ਹੋਵੇ ਠੀਕ ਹੈ ਸੋ ਸਭ ਤੋਂ ਜੋ ਤੇਜ਼ ਕੰਪਿਊਟਰ ਹੈ ਸਭ ਤੋਂ ਵੱਡਾ ਅਤੇ ਸਭ ਤੋਂ ਮਹਿੰਗਾ ਜੋ ਕਿ ਮੁੱਠਾ ਹੈ ਉਹ ਹੈ ਜੀ ਸੁਪਰ ਕੰਪਿਊਟਰ ਠੀਕ ਹੈ ਜੀ ਸੋ ਜਰੂਰ ਯਾਦ ਰੱਖਿਓ ਵਾਦਿਆਂ ਜੀ ਅਰਵਰਸ਼ਟਮਾ ਹਾਂਜੀ ਅਗਲਾ ਸਵਾਲ ਹੈ ਜੀ CPU ਦਾ ਪੂਰਾ ਨਾਮ ਕੀ ਹੈ ਬਹੁਤ ਵਾਰ ਕੁਸ਼ਨ ਕਰਵਾ ਦਿੱਤਾ ਗਿਆ ਹੈ ਠੀਕ ਹੈ ਤਾਂ ਹੁਣ ਕਰਾ ਸਾਰਿਆਂ ਨੂੰ ਇਹਦਾ ਉੱਤਰ ਪਤਾ ਹੀ ਹੋਊਗਾ ਆਪਸ਼ਨ ਹੈ ਜੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਸੈਂਟਰਲ ਪ੍ਰੋਬਲਮ ਯੂਨਿਟ ਸੈਂਟਰਲ ਪ੍ਰੋਸੈਸਿੰਗ ਯੂਨੀਅਨ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਦੱਸੋ ਜੀ ਸਹੀ ਤਰਿਕੇ ਗੈਸ ਦਾ ਆਪਸ਼ਨ ਤਾਂ ਹਮਨੇ ਜੀ ਤਾਂ ਇਹ ਤੇ ਜੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਹਾਂਜੀ ਬਿਲਕੁਲ ਸਹੀ ਤਰ੍ਹਾਂ CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਠੀਕ ਹੈ ਸੋ ਜਰੂਰ ਰੱਖਿਓ ਅਤੇ ਜੇਕਰ ਜਾਣਕਾਰੀ ਵਧੀਆ ਲੱਗ ਰਹੀ ਹੈ ਸੋ ਵੀ ਲਾਈਕ ਕਰਦੇ ਸ਼ੇਅਰ ਵੀ ਜਰੂਰ ਕਰ ਦਿਓ। ਵਾਦਿਆਂ ਜੀ ਅਗਲ ਕਸਟਮਾ। ਹਾਂਜੀ ਅਗਲ ਕਸ਼ਨ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸਰਚ ਇੰਜਣ ਨਹੀਂ ਹੈ? ਆਪਨੇ ਜੀ Google, Yahoo, Baidu ਜਾਂ Wolfram Alpha ਦੱਸੋ ਹੀ ਸਹੀ ਤਰ੍ਹਾਂ ਕਿਹ ਅਗਸ ਦਾ ਆਪਨੇ ਦਾ ਤਰ੍ਹਾਂ ਮੈਂ ਜੀ ਤਾਂ ਇਹ ਤਰ੍ਹਾਂ ਜੀ Wolfram Alpha ਹਾਂਜੀ ਬਿਲਕੁਲ ਸਹੀ ਤਰ੍ਹਾਂ Wolfram Alpha ਜੋ ਹੈ ਇੱਕ ਜਿਦਾਂ ਤੁਹਾਨੂੰ ਪਤਾ ਹੋਵੇਗਾ ਡੌਪਨਰ ਸਾਰਿਆਂ ਨੇ ਸੁਣਿਆ ਹੋਊਗਾ ਉਸੇ ਤਰ੍ਹਾਂ ਦਾ ਇਹ ਇੱਕ ਸੌਫਟ ਐਪਲੀਕੇਸ਼ਨ ਹੈ ਠੀਕ ਹੈ ਜੀ ਐਪਲੀਕੇਸ਼ਨ ਹੈ APK ਠੀਕ ਹੈ ਜੀ ਸੋ ਇਸ ਵਿੱਚ ਅਸੀਂ ਮੈਥ ਦੇ ਬਹੁਤ ਹੀ ਜੋ ਓਕੇ ਓਕੇ ਸਮ ਹੁੰਦੇ ਹਨ ਉਹਨਾਂ ਨੂੰ ਅਸੀਂ ਈਜ਼ੀਲੀ ਸੋਲਵ ਕਰ ਸਕਦੇ ਹਾਂ ਠੀਕ ਹੈ α ਠੀਕ ਹੈ ਵੈਲ ਫਾਰਮ α ਵੈਲ ਫਾਰਮ ਠੀਕ ਹੈ Google ਇੱਕ ਸਰਚ ਇੰਜਨ ਹੈ Yahoo ਇੱਕ ਸਰਚ ਇੰਜਨ ਤੇ百度 ਇੱਕ ਸਰਚ ਇੰਜਨ ਹੈ ਠੀਕ ਹੈ ਜੀ ਸੋ ਇਹ ਮੈਂ ਪਹਿਲਾਂ ਵੀ ਦੱਸਤਾ ਸੀ ਸਾਨੂੰ ਠੀਕ ਹੈ ਜੀ ਸਵਾਲ ਹੈ ਜੀ ਅਗਲਾ ਕੁਸਟਮਾ ਅਗਲਾ ਸਵਾਲ ਹੈ ਜੀ ਕੀਬੋਰਡ ਵਿੱਚ ਫੰਕਸ਼ਨ ਕੀ ਦੀ ਸੰਖਿਆ ਕਿੰਨੀ ਹੁੰਦੀ ਹੈ ਆਪਸ਼ਨ ਹੈ ਜੀ 10 12 14 ਜਾਂ 7 ਦੱਸੋ ਜੀ ਸਹੀਤਰ ਕੀ ਹੈ ਗੈਸ ਦਾ ਆਪਨ ਜਦੋਂ ਹਮਨੇ ਜੀ ਤਾਂ ਇਤਰਾ ਜੀ 12 ਹਾਂ ਜੀ ਬਿਲਕੁਲ ਇਤਰਾ ਕੀਬੋਰਡ ਵਿੱਚ ਜੋ ਤੁਸੀਂ ਫੰਕਸ਼ਨ ਕੀ ਦੇਖਣਗੇ F1 F2 ਠੀਕ ਹੈ ਅਪ ਟੂ F12 ਤੱਕ ਜਾਂਦੀਆਂ ਹਨ ਠੀਕ ਹੈ ਜੀ ਸੋ ਇਹਨਾਂ ਦੀ ਸੰਖਿਆ ਹੁੰਦੀ ਹੈ ਉਹ ਹੁੰਦੀ ਹੈ ਜੀ 12 ਇਹਨਾਂ ਨੂੰ ਕੀ ਕਹਿੰਦੇ ਹੈ ਫੰਕਸ਼ਨ ਕੀ ਕਹਿਆ ਜਾਂਦਾ ਠੀਕ ਹੈ ਜੀ ਸਵੱਧਿਆ ਜੀ ਅਗਲਾ ਕੁਸਟਮਰ ਹਾਂ ਦੇਖ ਰਹੇ ਸੀ ਜੀ ਸਭ ਤੋਂ ਤੇਜ਼ ਪ੍ਰਿੰਟਰ ਇਹਨਾਂ ਵਿੱਚੋਂ ਕਿਹੜਾ ਹੈ ਆਪਸ਼ਨ ਹੈ ਜੀ ਜੈਟ ਪ੍ਰਿੰਟਰ ਲੇਜ਼ਰ ਪ੍ਰਿੰਟਰ ਥਰਮਲ ਪ੍ਰਿੰਟਰ ਅਤੇ ਡਾਟ ਪ੍ਰਿੰਟਰ ਦੱਸੋ ਹੀ ਤਰ੍ਹਾਂ ਕਿ ਗੈਸ ਦਾ ਆਪਸ਼ਨ ਦੱਸੋ ਹਮਨੇ ਜੀ ਤਾਂ ਇត្រਾ ਜੀ ਲੇਜ਼ਰ ਪ੍ਰਿੰਟਰ ਹਾਂ ਜੀ ਬਿਲਕੁਲ ਇត្រਾ ਸਭ ਤੋਂ ਜੋ ਤੇਜ਼ ਹੁੰਦਾ ਹੈ ਉਹ ਹੁੰਦਾ ਹੈ ਲੇਜ਼ਰ ਪ੍ਰਿੰਟਰ ਠੀਕ ਹੈ ਜੀ ਹੁਣ ਅਬ ਗੱਲ ਕਰਨਾ ਜੈਟ ਪ੍ਰਿੰਟਰ ਜੈੱਡ ਪ੍ਰਿੰਟਰ ਜਿੱਦਾਂ ਕਿ ਆਪਾਂ ਆਮ ਯੂਜ਼ ਕਰਦੇ ਆ ਠੀਕ ਹੈ ਫੋਟੋ ਸਟੇਟ ਲਈ ਠੀਕ ਹੈ ਤੇ ਲੇਜ਼ਰ ਪ੍ਰਿੰਟਰ ਜੋ ਬਹੁਤ ਹੀ ਤੇਜ਼ੀ ਨਾਲ ਆਪਣੀ ਜੋ ਪ੍ਰਿੰਟਰ ਕਾਟ ਪ੍ਰਿੰਟ ਕਰਦਾ ਹੈ ਥਰਮਲ ਪ੍ਰਿੰਟਰ ਹੁੰਦੇ ਹਨ ਜਿੱਦਾਂ ਕਿ ਤੁਸੀਂ ਦੇਖਿਆ ਹੋਵੇਗਾ ਬਾਸਟ ਕੰਡਕਟਰ ਕੋਲ ਜਿਹੜੀ ਮਸ਼ੀਨ ਹੁੰਦੀ ਹੈ ਜਿਸ ਵਿੱਚ ਰੋਲ ਪਾਇਆ ਜਾਂਦਾ ਹੈ ਅਤੇ ਉਸ ਦੇ ਵਿੱਚ ਟਿਕਟ ਨਿਕਲਦੀ ਹੈ ਠੀਕ ਹੈ ਸੋ ਉਹ ਹੁੰਦੇ ਨੇ ਥਰਮਲ ਪ੍ਰਿੰਟਰ ਅਤੇ ਡਾਟ ਪ੍ਰਿੰਟਰ ਜੋ ਹੁੰਦੇ ਹਨ ਇਹ ਜਿੱਦਾਂ ਫੋਟੋ ਸਟੇਟ ਆਪਾਂ ਆਪਣੇ ਜੋ ਸਰਟੀਫਿਕੇਟ ਹੁੰਦੇ ਹਨ ਉਹਨਾਂ ਨੂੰ ਲੈਮੀਨੇਸ਼ਨ ਕਰਨ ਲਈ ਜੋ ਮਸ਼ੀਨ ਵਰਤਿਆ ਜਾਂਦੀ ਹੈ ਉਸ ਨੂੰ ਡਾਟ ਪ੍ਰਿੰਟਰ ਕਿਹਾ ਜਾਂਦਾ ਠੀਕ ਹੈ सो तो जानकारी वी लग रही है सोटियों लाइक और शेयर भी जरूर कर दिव्य जिन्होंने हाल तक ये भीडियो देख लिया सोदया जी अगर मगला प्रश्न है जी एल सी का पूरा नाम की है बहुत ही इंपोर्टेंट क्वेश्चन है जरूर याद रखियो ऑप्शन है जी लिक्विड क्रिस्टल डिस्प्ले लीड क्रिस्टल डिवाइस लिकुड सेंट्रल डिस्पले या लाइट सेंट्रल डिस्पले दसो जी सी इतरे के गैस का ऑप्शन जी तो जी लिकुड क्रिस्टल डिस्पले हाँ जी बिल्कुल सही तरह एल सी डी का जो पुराना पूछा जाए की है तो लिकुड क्रिस्टल डिस्प्ले ठीक है जी सो जरूर याद रखियो वाद दिया जी अगला क्वेश्चन वाल हाँ जी कक्षना जी फलापी डिस्क किस किस्म की मैमरी संबंधित है ऑपन जी एक्सटर्नल इंटरनल वोलेटाइल या ए बी दोनों दसो सही तरह के इसका ओप्शन जुम्मन जी तरह तरह जी एक्सटरनल मैमरी ठीक है जी ਫਲਾਪੀ ਡਿਸਕ ਦੇ ਪੁੱਛਿਆ ਜਾਵੇ ਕਿਸ ਕਿਸਮ ਦੀ ਮੈਮਰੀ ਨਾਲ ਸੰਬੰਧਿਤ ਹੈ ਤੜੇ ਤਰ੍ਹਾਂ ਦਾ ਐਕਸਟਰਨਲ ਮੈਮਰੀ ਨਾਲ ਠੀਕ ਹੈ ਜੀ ਸੋ ਜਰੂਰ ਯਾਦ ਰੱਖਿਓ ਵਾਧਿਆ ਜੀ ਆਹ ਦਾ ਕੁਸ਼ਣ ਆ। ਆਹ ਲਖਣਾ ਜੀ ਸੈੱਲ ਫੋਨਾਂ ਵਿੱਚ ਕਿਸ ਕਿਸਮ ਦੇ ਸਟੋਰੇਜ ਯੰਤਰ ਵਰਤੇ ਜਾਂਦੇ ਹਨ? ਆਪਸ਼ਨ ਹੈ ਜੀ ਕੈਸੇ ROM ਫਲੈਸ਼ ਜਾਂ ਬਰੋਕਤ ਦੇ ਵਿੱਚੋਂ ਕੋਈ ਵੀ ਨਹੀਂ। ਦੱਸੋ ਜੀ ਸਹੀ ਤਰ੍ਹਾਂ ਕਿਹੜਾ ਇਸ ਦਾ ਆਪਸ਼ਨ ਤਾਂ ਹਨ ਜੀ। ਤਾਂ ਇਹ ਤਰ੍ਹਾਂ ਜੀ ਕੈਸੇ ਹਾਂ ਜੀ ਬਿਲਕੁਲ ਸਹੀ ਹੈ। ਕੈਸੇ ਹੀ ਸਟੋਰੇਜ ਹੈ ਠੀਕ ਹੈ ਇਸ ਤਰ੍ਹਾਂ ਦੇ ਯੰਤਰ ਸੈਲ ਫੋਨਾਂ ਵਿੱਚ ਵਰਤੇ ਜਾਂਦੇ ਹਨ ਠੀਕ ਹੈ ਜੀ ਸੋ ਜ਼ਰੂਰ ਇਹ ਦੇ ਰੱਖਿਓ ਵਾਧਿਆ ਜੀ ਅਲੋਗਸ਼ਟਮਾ ਅਲੋchna ਜੀ ਮਾਈਕਲ ਐਜਲੋ ਵਾਇਰਸ ਕੀ ਹੈ ਆਪਣਾ ਜੀ ਇੱਕ ਕੰਪਿਊਟਰ ਵਾਇਰਸ ਹੈ ਵਾਇਰਸ ਚੂਹਿਆਂ ਵਿੱਚ ਫੈਲਣ ਵਾਲਾ ਕੈਂਸਰ ਤੋਂ ਬਚਾ ਕਰਨ ਵਾਲਾ ਵਾਇਰਸ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਦੱਸੋ ਹੀ ਸਹੀ ਤਰ੍ਹਾਂ ਕੀ ਗੈਸ ਦਾ ਓਪਨ ਜਿਹੜਾ ਮੰਨਿਆ ਜੀ ਤਾਂ ਹੀ ਤਰੇ ਜੀ ਇੱਕ ਕੰਪਿਊਟਰ ਵਾਇਰਸ ਹੈ ਹਾਂ ਜੀ ਬਿਲਕੁਲ ਸਹੀ ਤਰ੍ਹਾਂ ਮਾਈਕਲ ਐਜਲੋ ਵਾਇਰਸ ਕਿਸ ਤਰ੍ਹਾਂ ਦਾ ਵਾਇਰਸ ਹੈ ਇਹ ਹੈ ਜੀ ਇੱਕ ਕੰਪਿਊਟਰ ਵਾਇਰਸ ਹੈ ਠੀਕ ਹੈ ਜੀ ਬਿਲਕੁਲ ਸਹੀ ਤਰ੍ਹਾਂ ਠੀਕ ਹੈ ਸੋ ਬਾਦਨੇ ਜੀ ਅਗਲਾ ਬਸਟਮਰ ਹਾਂ ਜੀ ਰਸ਼ਨ ਜੀ ਪੂਰੇ ਦਸਤਾਵੇਜ਼ ਨੂੰ ਚੁਣਨ ਲਈ ਕੀਠਾਂ ਦਿੱਤੇ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਆਪਸ਼ਨ ਹੈ ਜੀ ਕੰਟਰੋਲ ਪਲੱਸ ਏ ਆਲਟ ਪਲੱਸ ਐਫ 5 ਸ਼ਿਫਟ ਪਲੱਸ ਏ ਜਾਂ ਕੰਟਰੋਲ ਪਲੱਸ ਕੇ ਦੱਸੋ ਇਹ ਸਹੀ ਤਰ੍ਹਾਂ ਕਿ ਗੈਸ ਦਾ ਆਪਸ਼ਨ ਤਾਂ हमने ਜੀ ਤਾਂ ਹੀ ਤਰਾਂ ਜੀ ਕੰਟਰੋਲ ਪਲੱਸ ਏ ਹਾਂਜੀ ਬਿਲਕੁਲ ਸਹੀ ਹੈ ਪੂਰਾ ਜੋ ਦਸਤਾਵੇਜ਼ ਹੁੰਦਾ ਉਸ ਨੂੰ ਚੁਣ ਲਈ ਕੀਟਾ ਦੇ ਵਿੱਚ ਕਿਸ ਕਿਸਮ ਦੀ ਵਰਤੋਂ ਕੀਤੀ ਜਾਂਦੀ ਹੈ ਤੁਹਾਡੇ ਤੋਂ ਹੋ ਗਿਆ ਕੰਟਰੋਲ ਪਲੱਸ ਏ ਦੀ ਠੀਕ ਹੈ ਸੋ ਜਰੂਰ ਇਹ ਰੱਖਿਓ ਵਾਧੇ ਹੈ ਜੀ ਅਲੋਸਟਵਨ ਹਾਂਜੀ ਬਸਤਾਂ ਜੀ ኦਪਰੇਟਿੰਗ ਸਿਸਟਮ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਲੋਡ ਕਰਨ ਨੂੰ ਕੀ ਕਿਹਾ ਜਾਂਦਾ ਹੈ ਆਪਸ਼ਨ ਹੈ ਜੀ ਬੂਟਿੰਗ ਲੋਡ ਡੀਓਐਸ ਪ੍ਰੌਂਟ ਜਾਂ ਸਿੰਬਲ ਦਸਰੇ ਸਤਰੀ ਕੇ ਅਗਸਤ ਦਾ ਓਪਨ ਕਰਵਣਾ ਜੀ ਤਾਂ ਇਹ ਸਹੀ ਤਰ੍ਹਾਂ ਜੀ ਬੂਟਿੰਗ ਹਾਂ ਜੀ ਬਿਲਕੁਲ ਇਸ ਤਰ੍ਹਾਂ ኦਪਰੇਟਿੰਗ ਸਿਸਟਮ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਲੋਡ ਕਰਨ ਦੀ ਜੋ ਪ੍ਰਕਿਰਿਆ ਹੁੰਦੀ ਹੈ ਠੀਕ ਹੈ ਉਸ ਨੂੰ ਕੀ ਕਹਿਆ ਜਾਂਦਾ ਹੈ ਜੜਾ ਦੁਰਗਾ ਬੂਟਿੰਗ ਠੀਕ ਹੈ ਬੂਟਿੰਗ ਕਿਹਾ ਜਾਂਦਾ ਹੈ ਸੋ ਜਰੂਰ ਯਾਦ ਰੱਖਿਓ ਵਾਧਿਆ ਜੀ ਅਗਲਾ ਵਸ਼ਟਾ ਆਹ ਲਖਣਾ ਜੀ ਜੋ ਤੁਸੀਂ ਸਕਰੀਨ ਦੇ ਹੇਠਾਂ ਦੇਖਦੇ ਹੋ ਉਹ ਇੱਕ ਲੰਬੀ ਪੱਟੀ ਉਸ ਨੂੰ ਕੀ ਕਹਿਆ ਜਾਂਦਾ ਹੈ ਓਪਨ ਜੀ ਟਾਸਕ bar ਟਾਈਟਲ bar ਮੈਨੂ ਬਾਰ ਜਾਂ ਸਪੇਸ ਬਾਰ ਦੱਸੋ ਇਹ ਜਿਹੇ ਤਰ੍ਹਾਂ ਹੈ ਕਿਸ ਦਾ ਆਪਨ ਕਰ ਰਹੇ ਹਮਨੇ ਜੀ ਤਾਂ ਇਹ ਤਰੇ ਜੀ ਟਾਸਕ ਬਾਰ ਹਾਂਜੀ ਬਿਲਕੁਲ ਇਤਰਾ ਜੋ ਤੁਸੀਂ ਸਕਰੀਨ ਦੇ ਹੇਠਾਂ ਦਿਖ ਦਿਓ ਉਹ ਇੱਕ ਲੰਬੀ ਪੱਟੀ ਉਸ ਨੂੰ ਕੀ ਕਹਿੰਦਾ ਜੋ ਹੇਠਾਂ ਹੁੰਦੀ ਹੈ ਠੀਕ ਹੈ ਸਕਰੀਨ ਦੇ ਇਸ ਤਰ੍ਹਾਂ ਸੋ ਉਸ ਨੂੰ ਕੀ ਕਹਿੰਦਾ ਤੜੇ ਚ ਰੋਗਾ ਟਾਸਕ ਬਾਰ ਠੀਕ ਹੈ ਉਹ ਹੁੰਦੀ ਹੈ ਜੀ ਟਾਸਕ ਬਾਰ ਸੋ ਇਸ ਵਿੱਚ ਤੁਸੀਂ ਜ਼ਰੂਰ ਚਾਹ ਰੱਖਣਾ ਵਾਧਿਆ ਜੀ ਅਗਲਾ ਵਰਸ਼ਮਾਰ ਅਗਲਾ ਲਕਸ਼ਣਾ ਜੀ ਵਿੰਡੋ 2000 ਨੂੰ ਕਿਸ ਨੇ ਵਿਕਸਿਤ ਕੀਤਾ ਹੈ? ਆਪਨੇ ਜੀ Apple ਨੇ, Genith ਨੇ, IBM ਨੇ ਜਾਂ Microsoft ਨੇ? ਜਸੂਈ ਚਿੱਤਰ ਕੇ ਗੈਸ ਦਾ, ਆਪਨੇ ਤੜਮਨੇ ਜੀ ਤਾਂ ਇਹ ਤੜਾ ਜੀ Microsoft ਨੇ। ਹਾਂਜੀ ਬਿਲਕੁਲ ਸਹੀ। Microsoft ਤੁਹਾਨੂੰ ਨਾ ਸੁਣਿਆ ਹੋਊਗਾ। ਠੀਕ ਹੈ। ਆਮ ਤੌਰ ਤੇ ਇਸ ਦੇ ਵਿੰਡੋ ਤੁਹਾਨੂੰ ਦੇਖਣ ਨੂੰ ਮਿਲਦੇ ਹਨ। ਸੋ ਵਿੰਡੋ 2000 ਨੂੰ ਕਿਸ ਨੇ ਵਿਕਸਿਤ ਕੀਤਾ ਹੈ? ਤੁਹਾਡੇ ਤਰ੍ਹਾਂ Microsoft ਨੇ। ਠੀਕ ਹੈ ਜੀ। ਸੋ ਬਾਦਿਆਂ ਜੀ ਅਗਲੇ ਕਵਸਟਮਾਂ। ਹਾਂਜੀ ਗਲਤ ਨਹੀਂ ਜੀ। ਸਕਰੀਨ ਦੇ ਬੈਕਗ੍ਰਾਉਂਡ ਨੂੰ ਕਿਸ ਨਾਮ ਤੋਂ ਜਾਣਿਆ ਜਾਂਦਾ ਹੈ ਆਪਸ਼ਨ ਹੈ ਜੀ ਐਪਲੀਕੇਸ਼ਨ ਦੇ ਨਾਮ ਨਾਲ ਵਿੰਡੋ ਦੇ ਨਾਮ ਨਾਲ ਡੈਸਕਟਾਪ ਦੇ ਨਾਮ ਨਾਲ ਜਾਂ ਫਰੇਮ ਦੇ ਨਾਮ ਨਾਲ ਦੱਸੋ ਇਸ ਇਤਿਰਕੇ ਗੈਸ ਦਾ ਓਪਨ ਕਰ ਤਾਂ हमने जी ਤਾਂ ਇਹ ਤਾਂ ਜੀ ਡੈਸਕਟਾਪ ਹਾਂਜੀ ਬਿਲਕੁਲ ਸਹੀ ਡੈਸਕਟਾਪ ਦੇ ਨਾਮ ਨਾਲ ਹੀ ਸਕਰੀਨ ਦਾ ਜੋ ਬੈਕਗ੍ਰਾਉਂਡ ਹੁੰਦਾ ਹੈ ਕੰਪਿਊਟਰ ਦਾ ਜੋ ਸਕਰੀਨ ਦਾ ਬੈਕਗ੍ਰਾਉਂਡ ਹੁੰਦਾ ਹੈ ਉਸ ਨੂੰ ਕਿਸ ਨਾਮ ਨਾਲ ਜਾਂਦਾ ਹੈ ਤੁਹਾਡਾ ਤਰਿਕ ਡੈਸਕਟਾਪ ਠੀਕ ਹੈ ਜੀ ਸੋ ਜਰੂਰ ਯਾਦ ਰੱਖਿਓ ਵਾਧਿਆ ਜੀ ਆਲੂ ਵਰਸਟਾ ਆਓ ਜੀ ਰਸ਼ਨਾ ਜੀ ਹਾਰਡ ਡਿਸਕ ਤੋਂ ਡਲੀਟ ਕੀਤੀਆਂ ਫਾਈਲਾਂ ਕਿੱਥੇ ਭੇਜੀਆਂ ਜਾਂਦੀਆਂ ਹਨ ਓਕੇ ਜੀ ਰੀਸਾਈਕਲ ਬਿਨ ਵਿੱਚ ਫਲਾਪੀ ਡਿਸਕ ਕਲਿੱਪਬੋਰਡ ਜਾਂ ਮਦਰ ਬੋਰਡ ਦੱਸੋ ਇਸੇ ਤਰ੍ਹਾਂ ਕਿ ਅਗਰ ਤਾਂ ਓਪਨ ਕਰਦੇ ਹਾਂ ਜੀ ਤਾਂ ਇਸ ਤਰ੍ਹਾਂ ਜੀ ਰੀਸਾਈਕਲ ਬਿਨ ਵਿੱਚ ਹਾਂ ਜੀ ਬਿਲਕੁਲ ਇਸੇ ਤਰ੍ਹਾਂ ਹਾਰਡ ਡਿਸਕ ਤੋਂ ਡਲੀਟ ਕੀਤੀਆਂ ਫਾਈਲਾਂ ਕਿੱਥੇ ਭੇਜੀਆਂ ਜਾਂਦੀਆਂ ਹਨ ਤੁਹਾਡੇ ਤਰ੍ਹਾਂ ਰੀਸਾਈਕਲ ਬਿਨ ਵਿੱਚ ਭੇਜੀਆਂ ਜਾਂਦੀਆਂ ਠੀਕ ਹੈ ਜੀ ਸੋ ਸਾਰਿਆਂ ਨੂੰ ਇਹ ਤਰ੍ਹਾਂ ਪਤਾ ਹੋਊਗਾ ਬਾਦਿਆ ਜੀ ਆਲੋਚਨਾ ਹਾਂ ਜੀ ਰਸ਼ਨਾ ਜੀ ਕੰਪਿਊਟਰ ਵਿੱਚ ਜਾਣ ਵਾਲੇ ਡਾਟਾ ਨੂੰ ਕੀ ਕਿਹਾ ਜਾਂਦਾ ਹੈ? ਆਪਨੇ ਜੀ ਇਨਪੁਟ, ਆਉਟਪੁਟ, ਪ੍ਰਕਿਰਿਆ ਜਾਂ ਪ੍ਰੋਸੈਸਿੰਗ। ਦੱਸੋ ਸਹੀ ਉੱਤਰ ਕਿਹੜਾ ਹੈ? ਆਪਨੇ ਜੀ ਤਾਂ ਇਹ ਤੇਰੇ ਜੀ ਇਨਪੁਟ। ਹਾਂ ਜੀ ਬਿਲਕੁਲ ਸਹੀ। ਕੰਪਿਊਟਰ ਵਿੱਚ ਜਾਣ ਵਾਲੇ ਡਾਟਾ ਨੂੰ ਕੀ ਕਿਹਾ ਜਾਂਦਾ ਹੈ? ਤੁਹਾਡਾ ਉੱਤਰ ਹੈ ਇਨਪੁਟ ਕਿਹਾ ਜਾਂਦਾ। ਠੀਕ ਹੈ। ਸੋ ਜਰੂਰ ਯਾਦ ਰੱਖਿਓ। ਟੌਪ ਕਰਦਾ ਤੁਹਾਨੂੰ ਵੀਡੀਓ ਬਹੁਤ ਜਿਆਦਾ ਲੱਗੀ ਹੋਗੀ। ਜੇਕਰ ਵੀਡੀਓ ਚ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ। ਅਤੇ ਹੋਰ ਜਾਣਕਾਰੀ ਸਾਰੇ ਟੈਲੀਗ੍ਰਾਮ ਗਰੁੱਪ ਨੂੰ ਜੁਜੋ ਨੇ ਕਰ ਲਓ ਲਿੰਕ ਡਿਸਕ੍ਰਿਪਸ਼ਨ ਚ ਹੈ ਤਾਂ ਮਿਲਦੇ ਆ ਜੀ ਇਦੋ ਦੀ ਕੋਰਨਰ ਵੀ ਨਾਲ ਹੋਰ ਧੱਕ ਲਈ ਰੱਬ ਰੱਖਾ